ਵਾਲੇ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬੀ ਸਰੋਤਿਆਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਣਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਬੀਬੀ ਗੁਰਮੇਲ ਕੌਰ ਜੀ ਔਰ ਸਾਡੀ ਪੰਜਾਬ ਸਰਕਾਰ ਦੇ ਮਾਨ ਸਾਹਿਬ ਭੰਗੂ ਫਲੇੜਾ ਜੀ, ਬਲਤੇਜ ਸਰਾਂ ਸਾਹਿਬ, ਤੇਜਾ ਤਲਵੰਡੀ ਜੀ, ਸਾਡੇ ਜਿੰਨੇ ਵੀ ਚੈਨਲ ਵਾਲੇ ਵੀਰ, ਸਾਡੇ ਫਨਕਾਰ ਉਸਤਾਦ ਲੋਕ, ਸਾਡੇ ਮਰੀਜ਼ ਉਸਤਾਦ ਜੀ, ਪੂਰਾ ਗਰੁੱਪ, ਲੱਕੀ ਸਿੱਧੂ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਉਸਤਾਦ ਬਾਘਾ ਬਰਾੜ ਜੀ, ਉਹਨਾਂ ਨੇ ਵੀ ਹਾਜ਼ਰੀ ਲਾਉਣੀ ਹੈ। ਚਲੋ, 5-7 ਮਿੰਟਾਂ ਦਾ ਟਾਈਮ ਮਿਲਿਆ, 2 ਮਿੰਟਾਂ ਦੇ ਵਿੱਚ ਚਮਕੀਲਾ ਸਾਹਿਬ ਨੂੰ ਸ਼ਰਧਾ ਦੇ ਫੁੱਲ 2 ਲੈਣਾ, ਇੱਕ ਬਿਲਕੁਲ ਨਵਾਂ ਗੀਤ, ਉਸ ਤੋਂ ਬਾਅਦ ਚਮਕੀਲਾ ਸਾਹਿਬ ਦੇ ਇੱਕ ਗੀਤ ਦੇ ਨਾਲ ਹਾਜ਼ਰੀ ਲਾ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ। ਇੱਕ ਵਾਰੀ ਚਮਕੀਲਾ ਸਾਹਿਬ ਦੇ ਪੂਰੇ ਪਰਿਵਾਰ ਨੂੰ, ਚਮਕੀਲਾ ਸਾਹਿਬ ਦੇ ਚਾਹੁਣ ਵਾਲਿਆਂ ਨੂੰ, ਚਮਕੀਲਾ ਸਾਹਿਬ ਨੂੰ ਪਿਆਰ ਕਰਨ ਵਾਲੇ ਇਸ ਪੰਡਾਲ ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ, ਕਿਉਂਕਿ ਸਮਾਂ ਘੱਟ ਆ। ਥੈਂਕ ਯੂ। ਸਿਰਫ 2 ਲੈਣਾ, ਇੱਕ ਵੱਖਰੀ ਗੱਲ, ਬਿਲਕੁਲ ਨਵੀਂ ਗੱਲ ਆ, ਰਿਕਾਰਡ ਹੋਣ ਜਾ ਰਿਹਾ ਸਾਡਾ ਇਹ ਗੀਤ। ਹਾਂਜੀ, ਚਮਕੀਲਾ ਸਾਹਿਬ ਨੂੰ ਤੀਜੀ ਪੀੜ੍ਹੀ ਸੁਣ ਰਹੀ ਆ। ਇਹ ਬੋਲ ਲਿਖੇ ਨੇ ਗੋਦਾ ਜਲਾਲ ਜੀ, ਜਿਨ੍ਹਾਂ ਦੇ ਲਿਖੇ ਹੋਏ ਬਹੁਤ ਸਾਰੇ ਗੀਤ, ਕਰਤਾਰ ਰਾਮਲਾ ਜੀ, ਸ਼ਰੀਫ ਦਲਦਾਰ, ਬਹੁਤ ਸਾਰੇ ਕਲਾਕਾਰਾਂ ਨੇ ਇਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਗਾਇਆ। ਇਹਨਾਂ ਦੀ ਕਲਮ ਤੋਂ ਤੀਜੀ ਪੀੜ੍ਹੀ ਦੀ ਇੱਕ ਨਵੀਂ ਵਿਆਹੀ ਜੋੜੀ, ਅੱਜ ਕੱਲ੍ਹ ਯੂਟਿਊਬ ਤੇ ਗੀਤ ਸੁਣਦੇ ਨੇ, ਇੱਕ ਸੱਜ ਵਿਆਹੀ ਮੁਟਿਆਰ ਨਵੇਂ ਗੀਤ ਸੁਣਦੀ ਹੈ ਤੇ ਚਮਕੀਲਾ ਸਾਹਿਬ ਨੂੰ ਸੁਣਦੀ ਆ, ਆਪਣੇ ਪਤੀ ਨੂੰ ਪੁੱਛਦੀ ਆ ਕਿ ਇਹ ਕਿਹੜੀ ਜੋੜੀ ਸੀਗੀ, ਇੰਨਾ ਪਿਆਰਾ ਗਾਉਂਦੀ, ਇੰਨੇ ਸੋਹਣੇ ਕਲੋਲ ਕਰਦੀ ਹੈ, ਕਿਹੜੀ ਜੋੜੀ ਸੀ? ਉਹਦੇ ਲਈ 2 ਲੈਣਾ ਨੇ, ਉਸ ਤੋਂ ਬਾਅਦ ਇੱਕ ਗੀਤ ਦੇ ਨਾਲ ਹਾਜ਼ਰੀ। ਹਾਂਜੀ, ਹੋ ਗਏ ਫਾਇਰ ਫੀਲਾ।
ਇੱਕ ਕਹਾਣੀ ਆਜੂ ਪਾਣੀ ਕਰੀ ਇੱਕ ਕਹਾਣੀ ਨੀ ਸੁਣ ਅੱਖਿਓ ਆਜੂ ਪਾਣੀ ਨੀ ਵਿੱਚ ਗਰੀਬੀ ਮਿਹਨਤਾਂ ਕਰਕੇ ਵਿੱਚ ਗਰੀਬੀ ਮਿਹਨਤਾਂ ਕਰਕੇ ਲਿਆ ਸੀ ਮਸਾ ਸੁਖ ਅੜੀਏ ਚੰਪਲ ਸੀਗਾ ਦੁਗਰੀ ਦਾ ਤੇ ਹਰੀ ਸਿਉਂਦਾ ਪੁੱਤ ਅੜੀਏ ਨੀ ਉਹ ਚੰਪਲ ਸੀਗਾ ਦੁਗਰੀ ਦਾ ਤੇ ਹਰੀ ਸਿਉਂਦਾ ਪੁੱਤ ਅੜੀਏ ਨੀ ਉਹ ਚੰਪਲ ਸੀਗਾ ਦੁਗਰੀ ਦਾ ਤੇ ਹਰੀ ਸਿਉਂਦਾ ਪੁੱਤ ਅੜੀਏ ਨੀ ਉਹ ਚੰਪਲ ਸੀਗਾ ਦੁਗਰੀ ਦਾ ਤੇ ਹਰੀ ਸਿਉਂਦਾ ਪੁੱਤ ਅੜੀਏ ਜੋਰਦਾਰ ਤਾੜੀਆਂ ਦੇ ਦਿੰਦੇ
ਉਹਨਾਂ ਵੱਲੋਂ ਵੀ ਆਸ਼ੀਰਵਾਦ, ਔਰ ਸਾਡੇ ਸੁਰਜੀਤ ਪੰਡ ਸਾਹਿਬ ਉਹਨਾਂ ਵੱਲੋਂ ਵੀ ਆਸ਼ੀਰਵਾਦ ਆਇਆ, ਬੜੀ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ ਜੀ। ਰਾਮਗੜ੍ਹ ਸੰਧੂਆਂ ਤੋਂ ਸਾਡੇ ਡੈਡੀ ਜੀ ਔਰ ਬਹੁਤ ਸਾਰੀ ਸੰਗਤ ਆਈ ਹੈ, ਉਹਨਾਂ ਵੱਲੋਂ ਵੀ ਮਾਣ ਭੇਜਿਆ ਗਿਆ। ਰਾਮਗੜ੍ਹ ਸੰਧੂਆਂ ਲਹਿਰਾ ਕਾਕਾ ਤੋਂ ਉਹਨਾਂ ਵੱਲੋਂ ਵੀ ਮਾਣ ਭੇਜਿਆ ਗਿਆ, ਬੜੀ ਮਿਹਰਬਾਨੀ। ਹਾਂਜੀ, ਬਲਰਾਮ ਵੱਲੋਂ ਜੀ ਉਹਨਾਂ ਵੱਲੋਂ ਆਸ਼ੀਰਵਾਦ, ਔਰ ਸਾਡੇ ਸਰਦਾਰ ਗੁਰਮੁਖ ਸਿੰਘ ਜੀ